ਜਿਹੜਾ ਦਾ ਸੂਬਾ ਬਿਜਲੀ ਪੈਦਾ ਕਰਦਾ ਹੈਗਾ ਸਭ ਤੋਂ ਮਹਿੰਗੀ ਬਿਜਲੀ ਉਸ ਰਾਜ ਦੇ ਨਵਾਸੀ ਖਰੀਦ ਦੇਣਗੇ ਜਿਹੜਾ ਬਿਜਲੀ ਮਾਫੀਆ ਬਾਦਲ ਪਰਿਵਾਰ ਨੇ ਜਿਸ ਬਿਜਲੀ ਮਾਫੀਆ ਨੂੰ ਅੱਜ ਕੈਪਟਨ ਪਰਿਵਾਰ ਚਲਾ ਰਿਹਾ ਉਹਨੂੰ ਖਤਮ ਕਰਕੇ ਐਗਰੀਮੈਂਟ ਰੱਦ ਕਰਕੇ ਬਿਲਕੁਲ ਇੱਕ ਅੱਛੀ ਤੇ ਸਸਤੀ ਜਿਹੜੀ ਬਿਜਲੀ ਆ ਉਹ ਪੰਜਾਬ ਦੇ ਲੋਕਾਂ ਦੇਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਇਸ ਨਾਲ ਮਿਲੂਗਾ ਕਰਜ਼ਾ ਬਹੁਤ ਜ਼ਿਆਦਾ ਆ ਵਿਰੋਧੀ ਧਿਰਾਂ ਲਗਾਤਾਰ ਉਂਗਲਾਂ ਠਾ ਰਹੀਆਂ ਨੇ ਇਹ ਕਰਜ਼ਾ ਚੜਾਇਆ ਵੀਰ ਕਿਉਰਾ ਨੇ ਇਹ ਕਰਜ਼ਾ ਚੜਾਇਆ ਕਾਂਗਰਸ ਪਾਰਟੀ ਨੇ ਕਰਜ਼ਾ ਚੜਾਇਆ ਅਕਾਲੀ ਦਲ ਭਾਜਪੀ ਨੇ जिने पंजाब ਦੇ ਲੋਕਾਂ ਦੇ ਟੈਕਸ ਨੂੰ ਖਾਦਾ ਸੋ ਜਿਹੜਾ ਪੈਸਾ ਮੈਂ ਸਮਝਦਾ ਖਜ਼ਾਨੇ ਚ ਆਉਣਾ ਸੀਗਾ ਉਹ ਇਹਨਾਂ ਲੋਕਾਂ ਦੇ ਘਰਾਂ ਚ ਗਿਆ ਇਹਨਾਂ ਦੇ ਕਿਤੇ ਬਜਟ ਹਿੱਲੇ ਨੇ ਲੋਕ ਇਮਾਨਦਾਰੀ ਨਾਲ ਟੈਕਸ ਭਰੀ ਜਾਂਦੇ ਨੇ ਕਿ ਇਹ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲਈ ਜਾਂਦੇ ਨੇ ਖਜ਼ਾਨਾ ਫੇਰ ਖਾਲੀ ਆ ਕਿ ਖਜ਼ਾਨੇ ਤੇ ਬੈਠੇ ਵਿਅਕਤੀ ਕੌਣ ਨੇ ਚੋਰ ਨੇ ڈاکੂ ਨੇ ਲੁੱਟੇ ਰਿਹਾ ਨੇ ਕਿ ਜਿਹੜੀ ਆ ਜਿਹੜੀ ਦਿੱਲੀ ਦੇ ਵਿੱਚ ਉਹ ਪੰਜਾਬ ਤੋਂ ਜਾਂਦੀ ਆ ਪਰ ਪੰਜਾਬ ਨੂੰ ਬਣਦਾ ਉਹਦਾ ਮੁੱਲ ਨਹੀਂ ਦਿੱਤਾ ਜਾਂਦਾ ਪੰਜਾਬ ਸਰਕਾਰ ਜਿਹੜੀ ਬਿਜਲੀ ਦਿੰਦੀ ਆ ਮੈਨੂੰ ਬਿੱਲ ਦੇ ਦੇਵੇ ਮੈਂ ਪੈਸੇ ਦੇਵਾਉਣ ਨੂੰ ਤਿਆਰ ਆ ਬਿਲਕੁਲ ਗੁੰਮਰਾਹ ਕਰ ਰਹੇ ਨੇ ਕੋਈ ਬਿਜਲੀ ਨਹੀਂ ਜਾਂਦੀ ਹੈਗੀ ਦਿੱਲੀ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਦੀ ਹੈਗੀ ਕਿਹਾ ਜਾਂਦਾ ਕਿ ਆਪ ਕੀ ਐਪਰਾਹੀਂ ਬੜਾ ਫੰਡ ਆਇਆ ਕਿ ਸਿਰਫ ਇੱਕ ਮੀਡੀਆ ਦੇ ਕਿਸੇ ਦੁਆਰਾ ਕੁਝ ਲੋਕਾਂ ਦੁਆਰਾ ਕੀਤੀ ਹੋਈ ਹਾਈਪ ਖੜੀ ਕੀਤੀ ਹੈ ਕੋਈ ਪੈਸਾ ਲਿਆ ਕੋਈ ਪੈਸਾ ਲਿਆ ਦੋ ਵਾਰ ਆਡਿਟ ਸਾਡੀ ਆਮ ਆਦਮੀ ਪਾਰਟੀ ਦੇ ਜਿਹੜਾ ਖਜ਼ਾਨਾ ਹੈਗਾ ਦੋ ਵਾਰ ਆਡਿਟ ਹਾਈ ਕੋਰਟ ਦੀ ਨਿਗਰਾਨੀ ਥੱਲੇ ਹੋਇਆਗਾ ਔਰ ਕਲੀਨ ਚਿੱਟ ਮਿਲੀ ਜਾਗੀ ਇੱਕੋ ਇੱਕ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜਿਹੜੇ ਕਿਸਾਨਾਂ ਦੇ ਸੰਘਰਸ਼ ਕਰੇ ਨੇ ਇੱਕੋ ਇੱਕ ਡਿਪਟੀ ਮੁੱਖ ਮੰਤਰੀ ਜਿਹੜੇ ਕਿਸਾਨ ਦੇ ਸੰਘਰਸ਼ ਕਰੇ ਨੇ ਇੱਕੋ ਇੱਕ ਪਾਰਟੀ ਦੇ ਐਮਐਲਏ ਜਿਹੜੇ ਕਿਸਾਨ ਦੇ ਸੰਘਰਸ਼ ਕਰੇ ਨੇ ਬੀਜੇਪੀ ਨੇ ਜਿਹੜਾ ਬਿੱਲ ਪਾਰਲੀਮੈਂਟ ਚ ਲਿਆਂਦਾ ਕਿ ਅਰਵਿੰਦ ਕੇਜਰੀਵਾਲ ਨੂੰ ਉਹਨੂੰ ਕੰਮ ਕਰਨ ਤੋਂ ਰੋਕਦਾ ਬੀਜੇਪੀ ਤਾਂ ਸਾਡੇ ਖਿਲਾਫ ਕੰਮ ਕਰ ਰਹੀ ਆ ਇਹ ਕੈਪਟਨ ਸਾਹਿਬ ਨੇ ਵੀ ਕਾਲੇ ਘਰੂਨਾਂ ਤੇ ਮੋਹਰ ਲਾਈ ਆ ਅਕਾਲੀ ਦਲ ਨੇ ਬਿਲਕੁਲ ਸਿੱਧੇ ਤੌਰ ਤੇ ਮੋਹਰ ਲਾਈ ਆ ਬੀਜੇਪੀ ਲੈ ਕੇ ਆਈ ਆ ਸੋ ਇਦਾਂ ਦਾ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੇ ਘਰਾਂ ਚ ਲਈ ਵੜਨ ਦਿੰਦੇ ਇਹ ਤਿੰਨੇ ਪਾਰਟੀਆਂ ਦਾ ਜਿਹੜਾ ਹੈਗਾ ਬਾਈਕਾਟ ਪੰਜਾਬ ਚ ਹੋ ਰਿਹਾ ਜੀ ਮਾਫੀਆ ਦੀ ਗੱਲ ਕਰੀਆ ਸੁਖਵੀਰ ਬਾਦਲ ਪਹੁੰਚਦੇ ਨੇ ਉੱਥੇ ਮਾਈਨਿੰਗ ਹੁੰਦੀ ਹੈ ਕਿ ਉਸ ਨੂੰ ਕਿਵੇਂ ਦੇਖ ਇਹ ਸਾਰੇ ਕਾਸੇ ਦਾ ਮੁਖੀ ਤਾਂ ਸੁਖਵੀਰ ਸਿੰਘ ਬਾਦਲਾ ਹੁਣ ਉਹਨੂੰ ਹਿੱਸਾ ਘੱਟ ਬੇਨਣ ਲੱਗ ਗਿਆ ਹੁਣ ਤਾਜਾ ਕਿਛਾਪੇ ਮਾਰਨ ਲੱਗ ਗਿਆ ਲਗਾਤਾਰ 10 ਸਾਲ ਪੰਜਾਬ ਦੇ ਦਰਿਆਵਾਂ ਦਾ ਉਹਨੇ ਇੰਨਾ ਜ਼ਿਆਦਾ ਸ਼ੋਸ਼ਣ ਕੀਤਾ ਕਿ ਅੱਜ ਪੂਰੇ ਪੰਜਾਬ ਨੂੰ ਪਤਾਗਾ ਪਰ ਜਿੰਨੇ ਮੁੱਦੇ ਉਸ ਸਮੇਂ ਅਸੀਂ ਟੱਚ ਕੀਤੇ ਸੀ ਅੱਜ ਉਹਨਾਂ ਤੋਂ ਕਿਤੇ ਡਬਲ ਮੁੱਦੇ ਪੰਜਾਬ ਚ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਕੇਟੀਵੀ ਜੁਕੇ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਜੇ ਗੱਲ ਕਰੀਏ ਤਾਂ ਸਿਆਸਤਾ ਜਿਹੜੀ ਕਿ 2022 ਨੂੰ ਦੇਖਦੇ ਹੋਏ ਪਾਰਟੀਆਂ ਆਪੋ ਆਪਣੇ ਜਿਹੜੇ ਮੋਰੰਡਮ ਉਹ ਵੀ ਦੇ ਰਹੀਆਂ ਨੇ ਤੇ ਜਿਹੜੇ ਆਪਣੇ ਵਾਦੇ ਨੇ ਉਹ ਵੀ ਕਰ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਐਸ ਵਕਤ ਵਿਰੋਧੀ ਧਿਰ ਦੇ ਹਰਪਾਲ ਸਿੰਘ ਚੀਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੀਮਾ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਟੀਮਾ ਸਾਹਿਬ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਵੱਡੇ ਐਲਾਨ ਕਰ ਜਾਂਦੇ ਨੇ। ਬਿਜਲੀ ਨੂੰ ਲੈ ਕੇ ਆਖਰ ਬਿਜਲੀ ਇੱਕ ਅਜੀਹੀ ਚੀਜ਼ ਆ ਜਿਹੜੀ ਬਿਨਾ ਨਹੀਂ ਸਰਦਾ ਪਰ ਹੋਰ ਵੀ ਮੁੱਦੇ ਤਾਂ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀਏ ਕਦੇ। ਦੇਖੋ ਸਾਰੇ ਮੁੱਦਿਆਂ ਦੇ ਉੱਤੇ ਜਿਹੜੇ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਜਿੰਨੇ ਮੁੱਦੇ ਉਸ ਸਮੇਂ ਅਸੀਂ ਟੱਚ ਕੀਤੇ ਸੀ ਅੱਜ ਉਹਨਾਂ ਤੋਂ ਕਿਤੇ ਡਬਲ ਮੁੱਦੇ ਪੰਜਾਬ 'ਚ ਹੋਗੇ। ਪੰਜਾਬ ਵਿੱਚ ਭੀੜ ਉਸਗਾਰੀ ਸਿਖਰਾਂ ਤੇ ਆ ਪੰਜਾਬ ਵਿੱਚ ਕਿਸਾਨ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਰਿਹਾ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਲੈ ਕੇ ਆਈ ਆ ਉਹਦੇ ਖਿਲਾਫ ਸੰਘਰਸ਼ ਹੋ ਰਿਹਾ ਔਰ ਪੰਜਾਬ ਦਾ ਦਲਿਤ ਵਰਗ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਪੰਜਾਬ ਦੇ ਮੁਲਾਜ਼ਮ ਸੜਕਾਂ ਤੇ ਨੇ ਪੰਜਾਬ ਦਾ ਜਵਾਨੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਆ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਬਹੁਤ ਸਾਰੇ ਮੁੱਦੇ ਨੇ ਇਲੈਕਟ੍ਰਿਸਿਟੀ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ 2017 ਦੇ ਵਿੱਚ ਜਦੋਂ ਇਲੈਕਸ਼ਨ ਹੋ ਰਹੀ ਸੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਜਿਹੜੀ ਪੁਰਾਣੀ ਸਰਕਾਰ ਪੁਰਾਣੇ ਐਗਰੀਮੈਂਟ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਹਿੰਗੀ ਬਿਜਲੀ ਖਰੀਦਣ ਦੇ ਕੀਤੇ ਨੇ ਮੈਂ ਜਦੋਂ ਸੱਤਾ ਚਾਊਂਗਾ ਤਾਂ ਉਹਨਾਂ ਸਾਰੇ ਐਗਰੀਮੈਂਟਾਂ ਨੂੰ ਸਕ੍ਰੈਪ ਕਰੂੰਗਾ ਰੱਦ ਕਰੂੰਗਾ ਖਤਮ ਕਰੂੰਗਾ ਔਰ ਪੰਜਾਬ ਸਸਤੀ ਬਿਜਲੀ ਦੇਊਗਾ ਅੱਜ ਸਵਾ ਚਾਰ ਸਾਲ ਦਾ ਸਮਾਂ ਬੀਤ ਚੁੱਕਿਆ ਕੈਪਟਨ ਸਾਹਿਬ ਨੇ ਨਾ ਉਹਨਾਂ ਤੇ ਕੋਈ ਰਿਵਿਊ ਕੀਤਾ ਨਾ ਰੱਦ ਕੀਤੇ ਨਾ ਸਸਤੀ ਬਿਜਲੀ ਪੰਜਾਬ ਚ ਮਿਲੀ ਹੈ ਬਹੁਤ ਵੱਡਾ ਮੁੱਦਾ ਹੈਗਾ ਸਭ ਤੋਂ ਮਹਿੰਗੀ ਬਿਜਲੀ ਕਿੱਥੇ ਮਿਲ ਰਹੀ ਹੈ ਪੰਜਾਬ ਚ ਬਿਜਲੀ ਆ ਪੰਜਾਬ ਰਾਜ ਬਿਜਲੀ ਪੈਦਾ ਕਰਦਾ ਹੈਗਾ ਜਿਹੜਾ ਸੂਬਾ ਬਿਜਲੀ ਪੈਦਾ ਕਰਦਾ ਹੈਗਾ ਸਭ ਤੋਂ ਮਹਿੰਗੀ ਬਿਜਲੀ ਉਸ ਰਾਜ ਦੇ ਨਵਾਸੀ ਖਰੀਦ ਦੇਣਗੇ ਦਿੱਲੀ ਸੂਬਾ ਕਿਹੜਾ ਸੂਬਾ ਹੈਗਾ ਜਿੱਥੇ ਸਭ ਤੋਂ ਮੈਂ ਸਮਝਦਾ ਬਿਜਲੀ ਦਾ ਇੱਕ ਯੂਨਟ ਪੈਦਾ ਨਹੀਂ ਹੁੰਦਾ ਹੈਗਾ ਉੱਥੇ ਸਭ ਤੋਂ ਸਸਤੀ ਬਿਜਲੀ ਆ 73% ਲੋਕਾਂ ਨੂੰ ਦਿੱਲੀ ਦੇ 73 ਤੋਂ ਲੈ ਕੇ 74% ਲੋਕਾਂ ਨੂੰ ਜਿਹੜੀ ਆ ਉਹ ਮੁਫਤ ਬਿਜਲੀ ਮਿਲਦੀ ਆ ਸੋ ਆਮ ਆਦਮੀ ਪਾਰਟੀ ਦਾ ਬਿਲਕੁਲ ਇਹ ਵੱਡਾ ਐਲਾਨ ਆਗਾ ਆਮ ਆਦਮੀ ਪਾਰਟੀ ਜੋ ਸਰਕਾਰ ਹੋਊਗੀ ਜਿਹੜਾ ਬਿਜਲੀ ਮਾਫੀਆ ਬਾਦਲ ਪਰਿਵਾਰ ਨੇ ਜਿਸ ਬਿਜਲੀ ਮਾਫੀਆ ਨੂੰ ਅੱਜ ਕੈਪਟਨ ਪਰਿਵਾਰ ਚਲਾ ਰਿਹਾ ਉਹਨੂੰ ਖਤਮ ਕਰਕੇ ਐਗਰੀਮੈਂਟ ਰੱਦ ਕਰਕੇ ਬਿਲਕੁਲ ਇੱਕ ਅੱਛੀ ਤੇ ਸਸਤੀ ਜਿਹੜੀ ਬਿਜਲੀ ਆ ਉਹ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਇਸਲਾ ਮਿਲੂਗੀ ਪੰਜਾਬ ਦੇ ਉੱਪਰ ਕਰਜ਼ਾ ਬਹੁਤ ਆ ਕੀ ਕਰਜ਼ੇ ਦਾ ਕੀ ਹੱਲ ਹੋਊਗਾ ਕਰਜ਼ਾ ਬਹੁਤ ਜ਼ਿਆਦਾ ਆ ਵਿਰੋਧੀ ਧਿਰਾਂ ਲਗਾਤਾਰ ਉਂਗਲਾਂ ਠਾ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਕੁਛ ਇਹਨਾਂ ਨੇ ਕਰਿਆ ਉਹ ਅਸੀਂ ਵਿਰੋਧੀ ਧਿਰਾਂ ਦੇ ਕਹਿਣੇ ਨੇ ਕੱਲ 베ਰਕਾ ਸਾਹਿਬ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਤੋਂ ਪਹਿਲਾਂ ਮਜੀਠੀਆ ਸਾਹਿਬ ਆਉਂਦੇ ਨੇ ਕੀ ਲੱਗਦਾ ਇਹ ਕਰਜ਼ਾ ਝੜਾਇਆ ਕਿੰਨਾਂ ਨੇ ਆ ਇਹ ਕਰਜ਼ਾ ਝੜਾਇਆਗਾ ਮਜੀਠੀਓਰਾਂ ਨੇ ਇਹ ਕਰਜ਼ਾ ਝੜਾਇਆ 베ਰਕਿਓਰਾਂ ਨੇ ਇਹ ਕਰਜ਼ਾ ਝੜਾਇਆ ਕਾਂਗਰਸ ਪਾਰਟੀ ਨੇ ਕਰਜ਼ਾ ਝੜਾਇਆ ਕਾਲੀਦਲ ਬੀਜੇਪੀ ਨੇ ਜਿਨੇ ਪੰਜਾਬ ਦੇ ਲੋਕਾਂ ਦੇ ਟੈਕਸ ਨੂੰ ਖਾਦਾ ਜਿਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਚਲਾਇਆ ਜਿਹੜਾ ਜਿਹੜਾ ਰੇਤੇ ਦੇ ਉੱਤੋਂ ਜਿਹੜਾ ਰੇਤੇ ਦੇ ਉੱਤੋਂ ਰੈਵਨਿਊ ਖਜ਼ਾਨੇ ਚ ਆਉਂਦਾ ਸੀਗਾ ਉਹ ਇਨ੍ਹਾਂ ਪੋਲਿਟੀਸ਼ੀਅਨਾਂ ਦੇ ਜੇਬਾਂ ਜਾਂਦਾਗਾ ਜਿਹੜਾ ਰ ਪੰਜਾਬ ਦੀ ਟਰਾਂਸਪੋਰਟੇਸ਼ਨ ਦੇ ਖੇਤਰ ਤੋਂ ਸਰਕਾਰ ਦੇ ਖਜ਼ਾਨੇ ਚੋਂ ਦਾ ਸੀਗਾ ਉਹ ਬਾਦਲ ਪਰਿਵਾਰ ਦੀਆਂ ਬਸਾਂ ਦੇ ਰਾਹੀਂ ਉਹਨਾਂ ਦੇ ਘਰਾਂ ਚ ਗਿਆ ਜਿਹੜਾ ਜਿਹੜਾ ਪੈਸਾ ਸ਼ਰਾਬ ਦਾ ਸ਼ਰਾਬ ਦਾ ਪੰਜਾਬ ਦੇ ਖਜ਼ਾਨੇ ਚੋਂ ਦਾ ਸੀਗਾ ਉਹ ਇਹਨਾਂ ਜਿਹੜੇ ਇਹਨਾਂ ਦੇ ਸ਼ਰਾਬ ਮਾਫੀਆ ਚਲਾਉਣ ਵਾਲੇ ਵਿਅਕਤੀ ਸੀ ਉਹਨਾਂ ਦੇ ਖਾਤਿਆਂ ਚ ਘਰਾਂ ਚ ਗਿਆ ਸੋ ਜਿਹੜਾ ਪੈਸਾ ਮੈਂ ਸਮਝਦਾ ਖਜ਼ਾਨੇ ਚੋਂ ਆਣਾ ਸੀਗਾ ਉਹ ਇਹਨਾਂ ਲੋਕਾਂ ਦੇ ਘਰਾਂ ਚ ਗਿਆ ਇਹਨਾਂ ਦੇ ਕਿਤੇ ਬਜਟ ਹਿੱਲੇ ਨੇ ਇਹਨਾਂ ਦੇ ਤਾਂ ਕਿਸੇ ਦਾ 5 ਸਾਲ ਬਾਅਦ 5000 ਗੁਣਾ ਵਧ ਗਈ ਪ੍ਰਾਪਰਟੀ ਕਿਸੇ ਦੀ 200 200 ਗੁਣਾ ਵਧ ਗਈ ਕਿਸੇ ਦੀ 100 ਗੁਣਾ ਵਧ ਗਈ ਤੇ ਪੰਜਾਬ ਦਾ ਖਜ਼ਾਨਾ 100 ਗੁਣਾ ਥੱਲੇ ਨੂੰ ਹੋ ਗਿਆ ਸੋ ਸਾਰਾ ਪੈਸਾ ਸਰਕਾਰੀ ਰੈਵੇ ਨੂੰ ਮੈਂ ਸਮਝਦਾ ਇਹਨਾਂ ਨੇ ਘਰਾਂ ਚ ਵਰਤੇ ਆ ਉਹ ਖਜ਼ਾਨਾ ਜਿਹੜਾ ਦੁਬਾਰੇ ਤਾਂ ਭਰੂਗਾ ਜੇਕਰ ਪੰਜਾਬ ਵਿੱਚ ਸ਼ਰਾਬ ਮਾਫੀਆ ਖਤਮ ਹੋਊਗਾ, ਟਰਾਂਸਪੋਰਟ ਮਾਫੀਆ ਖਤਮ ਹੋਊਗਾ, ਲੈਂਡ ਮਾਫੀਆ, ਸੈਂਡ ਮਾਫੀਆ ਬਹੁਤ ਸਾਰੇ ਮਾਫੀਏ ਖਤਮ ਹੋਣਗੇ ਤਾਂ ਪੰਜਾਬ ਦਾ ਖਜ਼ਾਨਾ ਵੀ ਭਰੂਗਾ, ਪੰਜਾਬ ਦਾ ਕਰਜ਼ਾ ਵੀ ਉਤਰੂਗਾ, ਪੰਜਾਬ ਜਿਹੜਾ ਹੈਗਾ ਅੱਗੇ ਵੀ ਵਧੂਗਾ। 1987 ਤੱਕ ਪੰਜਾਬ ਦੇ ਵਿੱਚ ਰੈਵਨਿਊ ਸਰਪਲਸ ਸਟੇਟ ਹੁੰਦਾ ਸੀਗਾ। 87 ਤੱਕ ਜਿੰਨਾ ਬਜਟ ਰੱਖਿਆ ਜਾਂਦਾ ਸੀਗਾ ਉਹਦੇ ਚੋਂ ਪੈਸੇ ਬਚ ਰਹੇ ਹੁੰਦੇ ਸੀਗੇ ਖਰਚਣ ਤੋਂ ਵੀ ਪੂਰਾ ਖਰਚ ਕਰਕੇ ਵੀ। ਹੁਣ ਕੀ ਹੁੰਦਾਗਾ? ਹੁਣ ਹਰੇਕ ਸਾਲ ਹਰੇਕ ਸਾਲ ਇਹ ਜਿਹੜੀ 5 ਸਾਲ ਲੰਘੇ ਲੰਘ ਰਹੇ ਨੇ ਲਗਭਗ ਕੈਪਟਨ ਸਾਹਿਬ ਨੇ 90000 ਕਰੋੜ ਦਾ ਕਰਜ਼ਾ ਲਿਆ 90000 ਕਰੋੜ ਦਾ ਕਰਜ਼ਾ ਲੈ ਰਿਆ ਲੋਕਾਂ ਤੋਂ ਟੈਕਸ ਲੈ ਲਈ ਡੀਜ਼ਲ ਤੇ ਟੈਕਸ ਲਾਤਾ ਸ਼ਰਾਬ ਤੇ ਟੈਕਸ ਲਾਤਾ ਰੋੜਾਂ ਤੇ ਟੈਕਸ ਲਾਤਾ ਰਜਿਸਟਰੀਆਂ ਤੇ ਟੈਕਸ ਲਾਤਾ ਪਤਾ ਨਹੀਂ ਕਿੰਨੇ ਕੁ ਟੈਕਸ ਪੰਜਾਬ ਚ ਲੱਗੇ ਲੋਕ ਇਮਾਨਦਾਰੀ ਨਾਲ ਟੈਕਸ ਭਰੀ ਜਾਂਦੇ ਨੇਗੇ ਇਹ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲਈ ਜਾਂਦੇ ਨੇ ਖਜ਼ਾਨਾ ਫੇਰ ਖਾਲੀ ਆ ਇਹਦਾ ਮਤਲਬ ਕੀ ਆ ਕਿ ਖਜ਼ਾਨੇ ਤੇ ਬੈਠੇ ਵਿਅਕਤੀ ਕੌਣ ਨੇ ਚੋਰ ਨੇ ਡਾਕੂ ਨੇ ਲੁਟੇਰੇ ਨੇ ਕਿ ਜਦੋਂ ਉਹਨਾਂ ਦਾ ਪੰਜਾਬ 'ਚੋਂ ਫਹਾਹ ਵੜ ਦਿੱਤਾ ਜਾਊ ਪੰਜਾਬ ਦੇ ਲੋਕਾਂ ਦੁਆਰਾ ਜਦੋਂ ਭਜਾ ਦਿੱਤੇ ਜਾਣਗੇ ਤਾਂ ਉਦੋਂ ਬਿਲਕੁਲ ਖਜ਼ਾਨਾ ਭਰ ਜਾਊਗਾ ਜਿਹੜੀਆਂ ਸਹੂਲਤਾਂ ਨੇ ਤਾਂ ਬੜੀਆਂ ਲੰਗੂਣੀਆਂ ਜੀਆਂ ਰਹਿਗੀਆਂ ਇਹ ਸਹੂਲਤਾਂ ਦਾ ਕੀ ਆਮ ਆਦਮੀ ਪਾਰਟੀ ਇਸ ਤੋਂ ਵੀ ਵੱਡੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇਊਗੀ। ਦੂਜੀ ਤਰ੍ਹਾਂ ਦੇ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਪੰਜਾਬ ਬਿਜਲੀ ਆ ਜਿਹੜੀ ਦਿੱਲੀ ਦੇ ਵਿੱਚ ਉਹ ਪੰਜਾਬ ਤੋਂ ਜਾਂਦੀ ਹੈ ਪਰ ਪੰਜਾਬ ਨੂੰ ਬਣਦਾ ਉਹਦਾ ਮੁੱਲ ਨਹੀਂ ਦਿੱਤਾ ਜਾਂਦਾ। ਕੀ ਕਹੋਗੇ ਹੁਣ? ਬਿਲਕੁਲ ਝੂਠ ਬੋਲਿਆ ਜਾ ਰਿਹਾ। ਪੰਜਾਬ ਸਰਕਾਰ ਜਿਹੜੀ ਬਿਜਲੀ ਦਿੰਦੀ ਆ ਮੈਨੂੰ ਬਿੱਲ ਦੇ ਦੇਵੇ ਮੈਂ ਪੈਸੇ ਦੇਵਾਉਣ ਨੂੰ ਤਿਆਰ ਆ ਬਿਲਕੁਲ ਗੁੰਮਰਾਹ ਕਰ ਰਹੇ ਨੇ ਕੋਈ ਬਿਜਲੀ ਨਹੀਂ ਜਾਂਦੀ ਹੈਗੀ ਦਿੱਲੀ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਦੀ ਹੈਗੀ ਇਹ ਮੈਨਸ ਸਮਝਦਾ ਚਾਹੇ ਬੇਰਕਾ ਸਾਹਿਬ ਨੇ ਜਾਂ ਕੀ ਨਾ ਆਪਣਾ ਮਜੀਠੀਆ ਸਾਹਿਬ ਨੇ ਉਹਨਾਂ ਨੂੰ ਅਸਲੀ ਫੈਕਟਰ ਦਾ ਪਤਾ ਹੀ ਨਹੀਂ ਪੰਜਾਬ ਦੇ ਲੋਕ ਇੰਨੇ ਵੀ ਜਿਹੜੇ ਇੰਨੇ ਵੀ ਪੰਜਾਬ ਦੇ ਲੋਕਾਂ ਨੂੰ ਬੇ ਬੇਮੂਰਖਾ ਸਮਝੋ ਕਿ ਉਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ ਬੱਚੇ ਬੱਚੇ ਨੂੰ ਪਤਾ ਹੈ ਕਿ ਗੁੰਮਰਾਹ ਕਰ ਰਹੇ ਨੇ ਜੀ ਤੋਡੇ ਤੇ ਬੜੇ ਵੱਡੇ ਇਲਜ਼ਾਮ ਲੱਗਦੇ ਨੇ ਜਦੋਂ 2014 ਦੇ ਵਿੱਚ ਮੇਬੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਐ ਇੱਕ ਅਦੋਲੋਂ ਚੋਂ ਨਿਕਲ ਕੇ ਤਾਂ ਉਸ ਤੋਂ ਬਾਅਦ ਐਨ ਆਰ ਆਈ ਜਿਹੜੇ ਵੀਰ ਨੇ ਉਹ ਬੜਾ ਫੰਡ ਭੇਜਦੇ ਨੇ ਕਿਹਾ ਜਾਂਦਾ ਕਿ ਆਪ ਕੀ ਆ ਪਰਾਂਹੀਂ ਬੜਾ ਫੰਡ ਆਇਆ ਜਿਹੜੇ ਐਮ ਐਲ اے ਵਾਅਦੇ ਕਰਦੇ ਸੀ ਕਿ ਅਸੀਂ ਕੋਈ ਸਕਿਉਰਿਟੀ ਨਹੀਂ ਲਵਾਵਾਂਗੇ ਅੱਜ ਉਹਨਾਂ ਦੇ ਮੰਗਰ ਦੋ ਦੋ ਗੱਡੀਆਂ ਫਿਰਦਿਆਂ ਨੇ ਸਕਿਉਰਿਟੀ ਦੀਆਂ ਉਹਨਾਂ ਦੇ ਐਮ ਐਲ اے ਵਨ ਅਸਾਰ ਉਥੋਂ ਸਕਿਉਰਿਟੀ ਲੈ ਲਈ ਹੈਗੀ ਇਹ ਬੜੇ ਵੱਡੇ ਇਲਜ਼ਾਮ ਲੱਗਦੇ ਨੇ ਜਿਹੜੇ ਕਿ ਆਪ ਦੇ ਵਾਅਦਿਆਂ ਤੋਂ ਆਮ ਆਦਮੀ ਪਾਰਟੀ ਭੱਜਦੀ ਨਜ਼ਰ ਆਉਂਦੀ ਸੀ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਐਨਆਰਆਈ ਫੰਡ ਦੇ ਐਨਆਰਆਈ ਫੰਡ ਦੇ ਉੱਤੇ ਜਿਹੜੀ ਜਿਹੜੀ ਵੀ ਕਿਸੇ ਦੀ ਕੰਪਲੇਂਟ ਸੀ ਅੱਜ ਤੱਕ ਪੈਸੇ ਤਾਂ ਇੱਕ ਵੀ ਕੰਪਲੇਂਟ ਨਹੀਂ ਆਈ ਇਹ ਸਿਰਫ ਇੱਕ ਮੀਡੀਆ ਦੇ ਹਿੱਸੇ ਦੁਆਰਾ ਕੁਝ ਲੋਕਾਂ ਦੁਆਰਾ ਕੀਤੀ ਹੋਈ ਹਾਈਪ ਖੜੀ ਕੀਤੀ ਗਿਆ ਕੋਈ ਪੈਸਾ ਲਿਆ ਕੋਈ ਪੈਸਾ ਲਿਆ ਜਿਹੜਾ ਉਹਦੇ ਤੇ ਦੋ ਵਾਰ ਆਡਿਟ ਦੋ ਵਾਰ ਆਡਿਟ ਸਾਡੀ ਆਮ ਆਦਮੀ ਪਾਰਟੀ ਦੇ ਜਿਹੜਾ ਖਜ਼ਾਨਾ ਹੈਗਾ ਤਾਂ ਦੋ ਵਾਰ ਆਡਿਟ ਹਾਈ ਕੋਰਟ ਦੀ ਨਿਗਰਾਨੀ ਥੱਲੇ ਹੋਇਆਗਾ ਔਰ ਕਲੀਨ ਚਿੱਟ ਮਿਲੀ ਜਾਗੀ ਔਰ ਮੈਂ ਸਮਝਦਾ ਆਮ ਆਦਮੀ ਪਾਰਟੀ ਆਪਣੇ ਵਾਅਦੇ ਤੇ 100% ਖੜੀ ਖੜੀ ਹੈ ਦੀ ਦੀਮਨ ਸਾਹਿਬ ਜੀ ਗੱਲ ਕਰੀ ਇਹਦਾ 2022 ਆ ਜਿਹੜਾ 2022 ਦੇ ਵਿੱਚ ਇੱਕ ਅਹਿਮ ਚੋਣਾ ਹੋਣੀਆਂ ਨੇ ਜਿਸ ਦੇ ਉੱਪਰ ਇੱਕ ਅंदोलਨ ਦਾ ਹਿੱਸਾ ਵੀ ਬਣਿਆ ਹੋਇਆ ਹੈਗਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਉਂਗਲਾਂ ਠਾਰ ਰਹੀਆਂ ਆਮ ਆਦਮੀ ਪਾਰਟੀ ਦੇ ਉੱਪਰ ਤੇ ਜੇਕਰ ਪਿੰਡਾਂ ਦੇ ਵਿੱਚ ਜਾਂਦੇ ਤਾਂ ਪਿਛਲੇ ਦਿਨੀ ਤੁਹਾਡੇ ਜਿਹੜੇ ਸਾਥੀ ਨੇ ਸਖਪਾਲ ਖੇਰਾ ਹੋਰੇ ਉਹ ਕਾਂਗਰਸ ਚ ਰਲ ਜਾਂਦੇ ਨੇ ਜਾ ਕੇ ਕਿਵੇਂ ਦੇਖਦੇ ਸਾਰਿਆਂ ਗੇ ਜਿਹੜੀਆਂ ਗੱਲਾਂ ਨੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹ ਤੇ ਸਿੱਧੇ ਤੌਰ ਤੇ ਅਕਾਲੀ ਦਲ ਬੀਜੇਪੀ ਦੋਸ਼ੀ ਆ ਉਥੇ ਲੁਕਵੇਂ ਰੂਪ ਦੇ ਵਿੱਚ ਕੈਪਟਨ ਸਾਹਿਬ ਵੀ ਦੋਸ਼ੀ ਆ ਨੀਤੀ ਆਯੋਗ ਦੀ ਰਿਪੋਰਟ ਤੇ ਨੀਤੀ ਆਯੋਗ ਦਾ ਮੈਂਬਰ ਬਣ ਕੇ ਕੈਪਟਨ ਸਾਹਿਬ ਨੇ ਵੀ ਕਾਲੇ ਕਾਨੂੰਨਾਂ ਤੇ ਮੋਹਰ ਲਾਈ ਆ ਅਕਾਲੀ ਦਲ ਨੇ ਬਿਲਕੁਲ ਸਿੱਧੇ ਤੌਰ ਤੇ ਮੋਹਰ ਲਾਈ ਆ ਬੀਜੇਪੀ ਲੈ ਕੇ ਆਈ ਆ ਸੋ ਇਹਨਾਂ ਦਾ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੇ ਘਰਾਂ ਚ ਨਹੀਂ ਬੜਨ ਦਿੰਦੇ ਕੱਲੀ ਕਲੌਤੀ ਆਮ ਆਦਮੀ ਪਾਰਟੀ ਆ ਜਿਹੜੇ ਪੰਜਾਬ ਦੇ ਲੋਕਾਂ ਦਾ ਮਸਲੇ ਹੱਲ ਕਰ ਸਕਦੀ ਆ ਸੋ ਮੈਂ ਸਮਝਦਾਗਾ ਇਹ ਤਿੰਨੇ ਪਾਰਟੀਆਂ ਦਾ ਜਿਹੜਾ ਹੈਗਾ ਬਾਈਕਾਟ ਪੰਜਾਬ ਚ ਹੋ ਰਿਹਾਗਾ ਆਮ ਆਦਮੀ ਪਾਰਟੀ ਦੇ ਉੱਪਰ ਇਹ ਵੀ ਇਲਜ਼ਾਮ ਲੱਗ ਜਾਂਦੇ ਨੇ ਕਿ ਇਹ ਬੀਜਪੀ ਦੀ ਬੀ ਰੀਮ ਮੰਗੀ ਕੀ ਕਹੋਂਗੇ ਹੁਣ ਫਿਰ ਜਾਂਦੇ ਜਾਂਦੇ ਇੱਕ ਇਹ ਬੜਾ ਵੱਡਾ ਸਵਾਲ ਆਗਾ ਪੰਜਾਬ ਨੂੰ ਲੈ ਕੇ ਵੀ ਤੇ ਪੰਜਾਬੀ ਹੱਤ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਜੋ ਦਿੱਲੀ ਦੇ ਵਿੱਚ ਕਿਸਾਨ ਦੇ ਸੰਘਰਸ਼ ਦੇ ਨਾਲ ਖੜੀ ਸੀ ਜਦੋਂ ਅਸੀਂ ਬਤਾਰ ਸੇਵਾਦਾਰ ਬਣ ਕੇ ਉੱਤੇ ਸੇਵਾ ਕੀਤੀ ਅਰਵਿੰਦ ਕੇਜਰੀਵਾਲ ਜੀ ਵੀ ਆਏ ਇੱਕੋ ਇੱਕ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜਿਹੜੇ ਕਿਸਾਨਾਂ ਦੇ ਸੰਘਰਸ਼ ਗਏ ਨੇ ਇੱਕੋ ਇੱਕ ਡਿਪਟੀ ਮੁੱਖ ਮੰਤਰੀ ਜਿਹੜੇ ਕਿਸਾਨ ਦੇ ਸੰਘਰਸ਼ ਗਏ ਨੇ ਇੱਕੋ ਇੱਕ ਪਾਰਟੀ ਦੇ ਐਮਐਲਏ ਜਿਹੜੇ ਕਿਸਾਨ ਦੇ ਸੰਘਰਸ਼ ਗਏ ਨੇ ਔਰ ਉਸ ਤੋਂ ਬਾਅਦ ਤਾਂ ਭਾਜਪਾ ਨੇ ਸਾਡੀਆਂ ਪਾਵਰਾਂ ਘਟਾਤੀਆਂ ਭਾਜਪਾ ਨੇ ਅਜਿਹਾ ਬਿੱਲ ਪਾਰਲੀਮੈਂਟ ਚ ਲਿਆਂਦਾ ਕਿ ਅਰਵਿੰਦ ਕੇਜਰੀਵਾਲ ਨੂੰ ਉਹਨੂੰ ਕੰਮ ਕਰਨ ਤੋਂ ਰੋਕਦਾ ਭਾਜਪਾ ਤਾਂ ਸਾਡੇ ਖਿਲਾਫ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਲੋਕ ਦੋਸਤਾਂ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਏ ਟੀਮ ਤੁਸੀਂ ਮਾਫੀਆ ਦੀ ਗੱਲ ਕਰੀਆ ਸੁਖਵੀਰ ਬਾਦਲ ਪਹੁੰਚਦੇ ਨੇ ਉੱਥੇ ਮਾਈਨਿੰਗ ਹੁੰਦੀ ਹੈਗੀ ਉਸ ਨੂੰ ਕਿਵੇਂ ਦੇਖ ਦੇਉਂਗੇ ਜਿਹੜੀ ਮਾਈਨਿੰਗ ਆ ਸਟਾਰਟ ਕਿਨੇ ਕੀਤੀ ਆ ਪੰਜਾਬ ਵਿੱਚ ਮਾਈਨਿੰਗ ਦਾ ਜਨਮਦਾਤਾ ਸੁਖਵੀਰ ਸਿੰਘ ਬਾਦਲ ਆ ਜਿਹੜੀ ਡੀਸੈਲਟਿੰਗ ਆ ਜਿਹੜੀ ਦਰਿਆਵਾਂ ਨੂੰ ਆਪਣਾ ਸਾਫ ਕਰਨ ਦੀ ਗੱਲ ਹੈ ਇਹਨੇ ਸ਼ੁਰੂ ਕੀਤੀ ਸੀ ਇਹ ਸਾਰੇ ਕਾਸੇ ਦਾ ਮੁਖੀ ਤਾਂ ਸੁਖਵੀਰ ਸਿੰਘ ਬਾਦਲਾ ਹੁਣ ਉਹਨੂੰ ਹਿੱਸਾ ਘੱਟ ਬੇਰਣ ਲੱਗ ਗਿਆ ਹੁਣਾਂ ਤਾਂ ਜਾ ਕੇ ਛਾਪੇ ਮਾਰਨ ਲੱਗ ਗਿਆ ਲਗਾਤਾਰ 10 ਸਾਲ ਪੰਜਾਬ ਦੇ ਦਰਿਆਵਾਂ ਦਾ ਉਹਨੇ ਇੰਨਾ ਜ਼ਿਆਦਾ ਸ਼ੋਸ਼ਣ ਕੀਤਾ ਕਿ ਅੱਜ ਪੂਰੇ ਪੰਜਾਬ ਨੂੰ ਪਤਾਗਾ ਸੋ ਜਿਹੜਾ ਚੋਰ ਆ ਉਹ ਅੱਜ ਚੋਰ ਜਾ ਕੇ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਪੰਜਾਬ ਦੇ ਬੱਚੇ ਬੱਚੇ ਨੂੰ ਪਤਾਗਾ ਹੁਣ ਕੈਮਰੇ ਤੇ ਬੇਰਕਾ ਸਾਹਿਬ ਇਹ ਵੀ ਇਲਜ਼ਾਮ ਲਾ ਦਿੰਦੇ ਨੇ ਕਿ ਅ ਕੇਜਰੀਵਾਲ ਸਾਹਿਬ ਅਜੇ ਹੀ ਸ਼ਖਸ਼ੀ ਜਿਨ੍ਹਾਂ ਨੇ ਆ ਕੇ ਮਜੀਠੀਆ ਤੋਂ ਮਾਫੀ ਮੰਗੀ ਆ ਜੇਕਰ ਅੱਜ ਉਹ ਬਿਜਲੀ ਦੀਆਂ ਗੱਲਾਂ ਕਰਦੇ ਆ ਤਾਂ ਕੱਲ ਨੂੰ ਆ ਕੇ ਪੰਜਾਬ ਦੇ ਵਿੱਚ ਫੇਰ ਨਾ ਕਿਤੇ ਮਾਫੀ ਮੰਗਣੀ ਪਵੇ ਦੇਖੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆ ਪੰਜਾਬ ਵਿੱਚ ਕਿਹਦੀ ਸਰਕਾਰ ਆ ਕਾਂਗਰਸ ਪਾਰਟੀ ਦੀ ਸਰਕਾਰ ਆ ਕੈਪਟਨ ਸਾਹਿਬ ਦੀ ਸਰਕਾਰ ਆ ਗਰਵਿੰਦ ਕੇਜਰੀਵਾਲ ਜੀ ਨੇ ਬਿਲਕੁਲ ਮਾਫੀ ਮੰਗੀ ਸੀ ਸਿਰਫ ਕਿਸ ਲਈ ਮੰਗੀ ਸੀ ਪੂਰੇ ਜਿੰਨੇ ਦੇਸ਼ ਦੇ ਨੇਤਾਵਾਂ ਦੇ ਖਿਲਾਫ ਕੇਸ ਦਰਜ ਸੀਗੇ ਸਭ ਤੋਂ ਇੱਕੋ ਸਟਾਈਲ ਦੇ ਵਿੱਚ ਕਿਹਾ ਸੀਗਾ ਤਾਂ ਕਿ ਦਿੱਲੀ ਦੇ ਲੋਕਾਂ ਦਾ ਮੈਂ ਕੰਮ ਕਰ ਸਕਾਂ ਕੰਮ ਨਾ ਰੁਕੇ ਕਿਉਂਕਿ 32 ਕੇਸ ਚੱਲਦੇ ਸੀਗੇ ਹਰ ਮਹੀਨੇ ਹਰ ਦਿਨ ਅਦਾਲਤ ਜਾਣਾ ਪੈਂਦਾ ਸੀਗਾ ਉਹਨੇ ਇਹਨਾਂ ਚੋਰਾ ਚੋਰਾ ਤੋਂ ਜਿਹੜੇ ਹੈਗੇ ਨੇ ਖਹਿੜਾ ਛੜਾਇਆ ਸੀਗਾ ਔਰ ਦਿੱਲੀ ਦੇ ਲੋਕਾਂ ਦਾ ਕੰਮ ਕੀਤਾ ਸੀਗਾ ਦਿੱਲੀ ਦੇ ਲੋਕਾਂ ਨੇ ਤੇ ਮੋਹਰ ਲਾਈ ਆ ਇਸ ਵਾਰ ਪੰਜਾਬ ਦੇ ਲੋਕ ਵੀ 2022 ਸਰਕਾਰ ਬਣਾ ਕੇ ਦਿੱਲੀ ਦੇ ਕੰਮਾਂ ਤੇ ਮੋਹਰ ਲਾਉਣਗੇ ਔਰ ਪੰਜਾਬ ਨੂੰ ਇੱਕ ਨਵੀਂ ਸਰਕਾਰ ਦੇ ਕੇ ਨਵੀਂ ਦਿਸ਼ਾ ਤੇ ਦਸ਼ਾ ਪੰਜਾਬ 22 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਚ ਹੋਊਗਾ ਜੀ ਧੰਨਵਾਦ ਸੋ ਇਹ ਸਨ ਸਾਡੇ ਨਾਲ ਵਿਰੋਧੀ ਧਿਰ ਦੇ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਕਿਹਾਗਾ ਕਿ ਮੁੱਖ ਮੰਤਰੀ ਦਾ ਜਿਹੜਾ ਚਿਹਰਾਗਾ ਉਹ ਪੰਜਾਬ ਚ ਹੋਏਗਾ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਲੰਨਿਆ ਗਿਆ ਇਸੇ ਕਰਕੇ ਜਿਹੜੀ ਆਮ ਆਦੀ ਪਾਰਟੀ ਆ ਉਹ ਪਿੱਛੇ ਰਹੀ ਆ ਪਰ ਇਸ ਵਾਰ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਪੰਜਾਬ ਦਾ ਹੋਵੇਗਾ ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੇ ਬਖੋਬਖ ਪਾਰਟੀ ਦੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ ਜੁੜੇ ਰਹੋ ਕੇਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਹਰਜਿੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਆਗਿਆ ਧੰਨਵਾਦ